ਤੇ ਸਾਡੀ ਮੂਵੀ ਆ ਰਹੀ ਹੈ 5 ਤਰੀਕ ਨੂੰ ਜੱਟਾ ਟੋਲੀ ਨਾਲ। ਇਸ ਤੋਂ ਪਹਿਲਾਂ ਕਿ ਮੇਰੇ ਹੱਥੋਂ ਤੇਰਾ ਕਤਲ ਹੋ ਜਾਏ, ਦਫਾ ਹੋ ਜਾਏ ਤੂੰ। ਐਂਡ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਪਣੀ ਗੁਰੂ ਕੀ ਨਗਰੀ ਆਉਂਦੇ ਹਾਂ। ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਆਏ? ਆਈ ਕੁਡਨਟ ਸੀ ਯੂ ਲੀਵ। ਠੀਕ ਹੈ, ਕੁਛ ਨਹੀਂ ਕੁਛ ਨਹੀਂ। ਐਂਡ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਪਣੀ ਗੁਰੂ ਕੀ ਨਗਰੀ ਆਉਂਦੇ ਹਾਂ ਅਤੇ ਅਸੀਂ ਬਹੁਤ ਬਲੈਸਡ ਮੰਨਦੇ ਹਾਂ ਆਪਣੇ ਆਪ ਨੂੰ ਕਿ ਜਿੱਥੇ ਅਸੀਂ ਆਪਣੀ ਫਿਲਮ ਨੂੰ ਪ੍ਰਮੋਟ ਕਰਦੇ ਹਾਂ ਕਿ ਅਤੇ ਸਰ ਨੇ ਸਾਰਾ ਕੁਛ ਮੇਰਾ ਦੱਸ ਹੀ ਦਿੱਤਾ ਆ ਅਤੇ ਸਾਡੀ ਮੂਵੀ ਆ ਰਹੀ ਹੈ 5 ਤਰੀਕ ਨੂੰ ਜੱਟਾ ਟੋਲੀ ਨਾਲ। ਅਸੀਂ ਸਾਰੀ ਸਟਾਰ ਕਾਸਟ ਤੁਹਾਡੇ ਸਾਹਮਣੇ ਆਏ ਹਾਂ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਅਤੇ ਸਪੋਰਟ ਕਰਿਓ, ਹਮੇਸ਼ਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਸਾਨੂੰ। ਅਤੇ ਮੈਂ ਹੁਣ ਮਾਈਕ ਦਊਂਗੀ ਕਿਰਨਦੀਪ ਜੀ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਕਿਰਨਦੀਪ ਰਾਏ। ਫਿਲਮ ਜੱਟਾ ਟੋਲੀ ਨਾ, ਜਿਵੇਂ ਕਿ ਤੁਹਾਨੂੰ ਪਤਾ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈ, ਤੁਸੀਂ ਟ੍ਰੇਲਰ ਤੋਂ ਆਈਡੀਆ ਲਾ ਹੀ ਲਿਆ ਹੋਣਾ। ਇਹਦਾ ਐਕਸ਼ਨ ਪਾਰਟ ਜਿਹੜਾ ਉਹ ਗੱਤਕੇ ਤੋਂ ਆਉਂਦਾ ਅਤੇ ਉਹਨੂੰ ਰੋਮਾਂਸ ਪਾਰਟ ਜਿਹੜਾ ਹੈ ਬਹੁਤ ਸੋਹਣੀ ਜੀ ਇੱਕ ਲਵ ਸਟੋਰੀ ਆ ਜਿਹਨੂੰ ਅਸੀਂ ਇਸ ਤਰੀਕੇ ਦੇ ਵਿੱਚ ਇੱਕ ਕ੍ਰੀਏਟਿਵ ਵੇ ਦੇ ਵਿੱਚ ਗੱਤਕੇ ਦੀ ਮਰਿਆਦਾ ਨੂੰ ਧਿਆਨ ਰੱਖਦੇ ਹੋਏ ਬੜੇ ਹੀ ਬਾਖੂਬੀ ਸਭ ਐਂਗਲਸ ਨੂੰ ਕਵਰ ਕਰਦੇ ਹੋਏ ਅਸੀਂ ਇਹਨੂੰ ਇੱਕ ਫੈਮਿਲੀ ਮੂਵੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਇਸ ਟੌਪਿਕ 'ਤੇ ਬਣੀ ਅੱਜ ਤੱਕ ਦੀ ਪਹਿਲੀ ਫਿਲਮ ਹੈ ਅਤੇ ਜਿਸ ਕਰਕੇ ਤੁਹਾਨੂੰ ਇਹ ਕਾਫੀ ਫਰੈਸ਼ ਔਰ ਐਂਟਰਟੇਨਿੰਗ ਲੱਗੂਗੀ। ਹਰ ਉਮਰ ਵਰਦੇ ਬੰਦੇ ਵਾਸਤੇ ਇਹਦੇ ਵਿੱਚ ਕੰਟੈਂਟ ਵੀ ਹੈਗਾ, ਐਂਟਰਟੇਨਮੈਂਟ ਵੀ ਹੈਗਾ ਅਤੇ ਨਾਲੋ ਨਾਲ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲਦਾ। ਮੈਂ ਇਹੀ ਚਾਹੂੰਗਾ ਕਿ ਤੁਸੀਂ ਇਹਦਾ ਜਿੱਦਾਂ ਟ੍ਰੇਲਰ ਤੁਸੀਂ ਦੇਖਿਆ ਇਹਦਾ ਅਤੇ ਉਹਨੂੰ ਜਿੰਨਾ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਹੈ ਨਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਿਨੇਮਾ ਘਰਾਂ ਦੇ ਵਿੱਚ 5 ਜਨਵਰੀ ਨੂੰ ਆ ਰਹੀ ਆ ਅਤੇ ਜਿੰਨੇ ਵੀ ਸਰੋਤੇ ਆਪ ਸਭ ਨਾਲ ਜੁੜੇ ਹੋਏ ਨੇ ਉਹ ਸਾਰਿਆਂ ਤੱਕ ਇਹ ਮੈਸੇਜ ਪਹੁੰਚੇ ਕਿ ਇੱਕ ਸੋਸ਼ਲ ਫਿਲਮ ਤਾਂ ਹੈ ਹੀ ਆ, ਇਹਦੇ ਵਿੱਚ ਸਿੱਖਿਆ ਤਾਂ ਮਿਲਣੀ ਹੈ ਪਰ ਐਂਟਰਟੇਨਮੈਂਟ ਵੀ ਪੂਰਾ ਮਿਲੂਗਾ। ਅਤੇ ਨਾਲੋ ਨਾਲ ਸਾਰੇ ਸਾਡੇ ਰਿਪੋਰਟਰ ਭਰਾ ਭਾਈ ਆਏ ਹੋਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਦਾ ਕੀਮਤੀ ਟਾਈਮ ਕੱਢ ਕੇ ਸਾਡੇ ਲਈ ਆਏ। ਥੈਂਕ ਯੂ ਸੋ ਵੈਰੀ ਮੱਚ।